ਸਤਿ ਸ਼੍ਰੀ ਅਕਾਲ ਜੀ। ਲਓ ਜੀ ਆ ਮੁੰਡੇ ਲੱਗੇ ਹੋਏ ਆ ਜੀ ਵਿਚਾਰੇ ਸੇਵਾ ਕਰਨ, ਪਾਣੀ ਲਿਆ ਕੇ ਭਰ ਕੇ ਦੇ ਰਹੇ ਘਰ ਘਰ। ਵੈਸੇ ਇਹਨਾਂ ਦਾ ਪਿੰਡ ਆ ਉਰੇ, ਅਤੇ ਅਸੀਂ ਵੀ ਹੁਣ ਟਰੈਕਟਰ ਲੈ ਕੇ ਚੱਲੇ ਹਾਂ। ਗੁਰਪ੍ਰੀਤ ਆ ਗਿਆ, ਕਹਿੰਦਾ ਇੱਕ ਬੰਦੇ ਦਾ ਸਮਾਨ ਕੱਢਣਾ, ਉਹਨਾਂ ਵਿਚਾਰਿਆਂ ਦੇ ਪਾਣੀ ਵੜ ਗਿਆ, ਉਦੋਂ ਸੁਰਤਾਪੁਰ ਨੂੰ ਟੁੱਟ ਗਈ, ਅਤੇ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸਮਾਨ ਵੀ ਕੱਢਣਾ, ਅਤੇ ਬਾਕੀ ਜੋ ਵੀ ਹਿਸਾਬ ਕਿਤਾਬ ਜਾਂ ਚੱਲਦਾ ਕੰਮ ਕਿਵੇਂ ਪਾਣੀ ਪੂਣੀ ਆ ਸਾਰਾ ਦਿਖਾਉਂਦੇ ਹਾਂ। ਵੈਸੇ ਹੁਣ ਮਹਾਰਾਜ ਦੀ ਕਿਰਪਾ, ਸੂਰਜ ਚੜਿਆ ਹੋਇਆ, ਪਾਣੀ ਉੱਧਰ ਗਿਆ ਜੀ ਅੱਗੇ ਨਾਲੋਂ। ਲਓ ਜੀ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ, ਜਗ ਤਖਤ ਸਾਹਿਬ। ਇਹ ਗੁਰਦੁਆਰਿਆਂ ਦਾ ਬਹੁਤ ਲੋਕਾਂ ਨੂੰ ਸਹਾਰਾ ਜੀ। ਇਹ ਗੁਰਦੁਆਰਾ ਸਾਹਿਬ 'ਚ ਬੰਦੇ ਰਹੇ ਆ, ਮਤਲਬ ਸੁਰਤਾਪੁਰ ਵਾਲੇ, ਜਿੰਨੇ ਪਾਣੀ 'ਚ ਮਾਰ ਆਈ ਹੋਈ ਸੀਗੀ, ਡੰਗਰ ਵੱਛਾ ਉਰੀ, ਆ ਹੁਣ ਵੀ ਡੰਗਰ ਬਾਹਰ ਖੜ੍ਹੇ ਆ ਦੋ ਤਿੰਨ, ਪਰ ਗੁਰਦੁਆਰਾ ਸਾਹਿਬ ਦਾ ਬਹੁਤ ਸਹਾਰਾ ਜੀ। ਪਰਮਾਤਮਾ ਹੀ ਹੁੰਦਾ ਜੀ, ਫਿਰ ਵੀ ਦੇਖੋ ਪਰਮਾਤਮਾ ਨੇ ਹੀ ਲੋਕਾਂ ਨੂੰ ਬਚਾਇਆ। ਲਓ ਜੀ ਇਹ ਤਾਜ਼ਾ ਹਾਲਾਤ ਆ ਜੀ, ਟ੍ਰੇਨ ਦੇ ਕੋਲ ਆ ਗਏ, ਅਤੇ ਇੱਧਰ ਸਾਰੇ ਹਜੇ ਪਾਣੀ ਖੜ੍ਹਾ। ਵੈਸੇ ਜੀਰੀਆਂ ਦਿਖਣ ਵੀ ਲੱਗ ਗਈਆਂ, ਕੁਛ ਕੁਛ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਸੀਗੀਆਂ, ਇੱਧਰਲੀ ਸਾਈਡ ਤੋਂ ਪਾਣੀ ਘੱਟ ਗਿਆ, ਆਹ ਰਹਿ ਗਿਆ ਸਾਈਡ 'ਤੇ, ਕਿਉਂਕਿ ਇੱਥੇ ਟ੍ਰੇਨ ਚੱਲਦੀ ਹੈ ਜੀ ਉਰੇ ਸਾਹਮਣੇ। ਉਹ ਟ੍ਰੇਨ 'ਚ ਨੂੰ ਹੋ ਕੇ ਪਾਣੀ ਫਿਰ ਗਾਂਹ ਨਿਕਲਣਾ, ਉਹ ਵੀ ਮੈਂ ਦੇਖਦਾ ਉੱਧਰ ਨੂੰ ਮੈਂ ਗਿਆ ਤਾਂ ਤੁਹਾਨੂੰ ਦਿਖਾਊਂਗਾ। ਬਾਕੀ ਆਹ ਇੱਧਰ ਜੀਰੀ ਨੂੰ ਮਾਰ ਹਜੇ ਹੈਗੀ ਹੈ, ਪਰ ਪਾਣੀ ਉਤਰ ਰਿਹਾ, ਉਹ ਜੀਰੀ ਦਿਖਣ ਲੱਗ ਗਈ ਸਾਰੀ। ਉਹ ਟ੍ਰੇਨ 'ਚ ਗਾਂਹ ਤੁਹਾਨੂੰ ਟ੍ਰੇਨ ਚੱਲਦੀ ਦਿਖਾਉਣਾ, ਅਤੇ ਇੱਧਰ ਨੂੰ ਪਾਈਪਾਂ ਲੱਗੀਆਂ ਹੋਈਆਂ, ਪਾਈਪਾਂ ਵੀ ਕ੍ਰੋਸ ਕਰ ਰਹੀਆਂ, ਅਤੇ ਉਹ ਟ੍ਰੇਨ ਹੈਗੀ ਹੈ ਜੀ ਅੱਗੇ। ਸਾਰਾ ਪਾਣੀ ਮਤਲਬ ਕਿ ਸਤਲੁਜ 'ਚ ਨਿਕਲਣਾ ਜੀ, ਆ ਕੇ ਦਰਿਆ ਆ ਗਿਆ ਸਤਲੁਜ, ਅਤੇ ਕੰਟਰੋਲ 'ਚ ਕੰਮ ਆ ਜੀ। ਵੈਸੇ ਹੁਣ ਮਾਰੇ ਥੋੜ੍ਹਾ ਟਾਈਮ ਰੱਖੇ ਸਹੀ, ਆ ਲੰਘ ਰਿਹਾ ਜੀ ਪਾਣੀ ਉਰੇ ਨੂੰ, ਉਹ ਆ ਗਈ ਟ੍ਰੇਨ, ਤੁਹਾਨੂੰ ਦਿਖਾਉਣਾ ਉਹ ਵੀ। ਲਓ ਜੀ ਆਹ ਚੱਲ ਰਹੀ ਹੈ ਜੀ ਟ੍ਰੇਨ, ਆਹ ਪੌੜੀ ਆ ਗਈ ਜੀ ਇਹਦੀ, ਇੱਧਰ ਸੁਰਤਾਪੁਰ ਤੋਂ ਆ ਰਹੇ, ਪਿੱਛੋਂ ਸਾਰਾ ਪਾਣੀ ਇਹੀ ਖਿੱਚਦਾ ਜੀ, ਜਿੰਨਾ ਵੀ ਸਾਡੇ ਇਲਾਕੇ ਦਾ ਪਾਣੀ ਆ ਸਾਰਾ ਉਰੇ ਨੂੰ ਹੀ ਆਉਣਾ, ਅਤੇ ਆ ਕੇ ਆਹ ਸਾਰਾ ਪਾਣੀ ਸਿੱਧਾ ਜਾ ਰਿਹਾ ਜੀ ਟ੍ਰੇਨ 'ਚ, ਇੱਧਰ ਖੇਤਾਂ ਤੋਂ ਵੀ ਉਤਰ ਰਿਹਾ ਇੱਧਰੋਂ ਵੀ, ਅਤੇ ਮੇਰੇ ਖਿਆਲ 'ਚ ਕੱਲ੍ਹ ਤੱਕ ਪਾਣੀ ਨੇੜ 'ਚ ਹੋ ਜੂਗਾ ਜੀ ਇਹ। ਇੱਧਰ ਆ ਗਿਆ ਫਾਰਮ, ਇੱਧਰ ਦਾ ਕੰਮ ਲੋਟ ਹੋ ਗਿਆ ਜੀ, ਕੰਮ ਸੁੱਕ ਸੱਕ ਗਏ ਖੇਤ, ਜੀਰੀਆਂ ਪਤਾ ਨਹੀਂ ਮਰੇ ਗਈਆਂ ਵਿੱਚ। ਲਓ ਜੀ ਆ ਦੇਖ ਲਓ ਹਾਲਾਤ, ਉਰੇ ਨੂੰ ਪੂਰਾ ਪਾਣੀ ਚੱਲਿਆ, ਮਤਲਬ ਸਾਰੀ ਨਦੀ ਉਰੇ ਨੂੰ ਲੰਘੀ ਆ। ਉਹ ਸਾਹਮਣੇ ਕਿਹਦਾ ਘਰ ਆ? ਅੱਛਾ ਸੰਧੂ ਵਾਲਿਆਂ ਦਾ ਘਰ ਸਾਹਮਣੇ ਆ ਗਿਆ ਜੀ। ਉਹ ਸਾਹਮਣੇ ਡਾਕਟਰ ਲਵਲੀ ਜਾਂਦੇ ਆ ਗਏ ਹੈ, ਸਰਪੰਚ ਦਾ ਉਹ। ਅੱਛਾ ਉੱਧਰ ਨੂੰ ਥੋੜ੍ਹੀ ਮਾਰ ਘੱਟ ਜਾਂਦੀ, ਵੈਸੇ ਆਹ ਨੀਵਾਣ 'ਚ ਨੂੰ ਚੱਲਿਆ ਜਾਂਦਾ ਪਾਣੀ ਫਿਰ। ਆਹ ਬਾਈ ਦਾ ਸੁੱਖੇ ਦਾ ਘਰ ਆ ਗਿਆ ਜੀ, ਇਹਦੇ ਹੁਣ ਸਮਾਨ ਲਦਾਉਣੇ ਆ, ਬਾਕੀ ਫਿਰ ਦੇਖਦੇ ਹਾਂ। ਲਓ ਜੀ ਇੱਧਰ ਆ ਦੇਖ ਲਓ, ਪਾਣੀ ਉਹ ਪਾਣੀ ਖੜ੍ਹਾ ਹਜੇ, ਬਾਕੀ ਡਰੇਨ ਚੱਲ ਰਹੀ ਹੈ, ਪਾਣੀ ਹੋ ਰਹੀ ਖਿਚਾਈ। ਇਹ ਘਰਾਂ ਨੂੰ ਮਤਲਬ ਮੇਨ ਸਾਰਾ ਆਹ ਡਾਊਨ ਪੈਂਦਾ ਜੀ, ਇੱਥੇ ਸਾਰਾ ਇੱਥੇ ਨੂੰ ਪਾਣੀ ਜ਼ਿਆਦਾ ਜਾਂਦਾ, ਸਾਰਾ ਪਾਣੀ। ਬਸ ਥੋੜ੍ਹਾ ਜਿਹਾ ਬਚਾਓ ਇੱਦਾਂ ਹੋ ਗਿਆ ਵੀ ਦੂਜੀ ਨਦੀ ਨਹੀਂ ਟੁੱਟੀ ਹੈਗੀ, ਨਹੀਂ ਉਰੇ ਬੁਰਾ ਹਾਲ ਸੀਗਾ, ਨਹੀਂ ਤਾਂ ਜਿੱਥੇ ਮੈਂ ਖੜ੍ਹਾ ਟਰਾਲੀ ਦੇ ਉੱਪਰ ਇੰਨਾ ਇੰਨਾ ਪਾਣੀ ਚੱਲਣਾ ਸੀਗਾ ਉਰੇ ਨੂੰ। ਆਹ ਵਿਆਹਾਂ ਦੀਆਂ ਐਲਬਮਾਂ ਵਿਚਾਰਿਆਂ ਦੀਆਂ ਭੱਜ ਗਈਆਂ ਸਾਰੀਆਂ ਜੀ, ਸੁੱਕਣੀਆਂ ਪਾਈਆਂ ਹੋਈਆਂ, ਦੱਸੋ ਬੰਦਾ ਕੀ ਰੱਖੇ, ਪੇਪਰ ਭੱਜ ਗਏ ਸਾਰੇ, ਸਾਰਾ ਔਖਾ। ਸਰਕਾਰਾਂ ਨੂੰ ਥੋੜ੍ਹੇ ਬੰਨ ਬੁੰਨ ਸਾਫ਼ ਕਰਕੇ ਮਜ਼ਬੂਤ ਕਰਨੇ ਚਾਹੀਦੇ ਆ। ਲਓ ਜੀ ਬਾਈ ਜੀ ਆ ਸਕੂਟਰੀ ਡੁੱਬ ਗਈ ਜਮਾਂ ਹੀ, ਉਹ ਮੁੰਡੇ ਨੇ ਨਿਸ਼ਾਨ ਲੱਗਿਆ ਹੋਇਆ ਇੱਥੇ ਤੱਕ, ਇੱਧਰ ਆ ਸਾਰਾ ਅੰਦਰ ਚਿੱਕੜੇ ਚਿੱਕੜ ਹੋਇਆ ਪਿਆ। ਇਹ ਇਹ ਸਭ ਦੀ ਦਿੱਕਤ ਕਰਦਾ ਜੀ, ਭਾਂਡੇ ਭੁੰਡੇ ਤਾਂ ਚਲੋ ਵਿਚਾਰੇ ਥੋੜ੍ਹੇ ਜਿਹੇ ਉੱਪਰ ਬਚ ਗਏ ਆ। ਆਹ ਦੇਖੋ ਅੰਦਰ ਕੀ ਹਾਲਾਤ ਆ ਇੱਧਰ, ਆਹ ਦੇਖੋ, ਦੱਸੋ ਬੰਦਾ ਕਿਵੇਂ ਸਟੋਰ ਕੀ ਸੰਭਾਲੇ ਨਾ ਸੰਭਾਲੇ, ਬਹੁਤ ਔਖਾ ਹੋ ਜਾਂਦਾ ਜੀ ਕੰਮ। ਹੁਣ ਸਮਾਨ ਚੱਕਣਾ ਇਹਨਾਂ ਦਾ, ਹੁਣ ਲੈ ਕੇ ਕਿੱਥੇ ਜਾਣਾ ਸਮਾਨ ਫਿਰ ਤੁਸੀਂ, ਦੂਏ ਪਾਸੇ ਕਿਤੇ? ਲਓ ਜੀ ਇੱਕ ਤਾਂ ਜਨਰੇਟਰ ਲਿਆ ਰਹੇ ਹਾਂ, ਉਹ ਦੇਖੋ ਬੱਚੇ ਬਲਦ ਦੇ ਉੱਪਰ ਮਤਲਬ ਰੇੜੇ ਪਰ ਲੱਦ ਕੇ, ਇਹਨੇ ਮੋਟਰ ਚਲਾ ਕੇ ਵੀ ਵਿਚਾਰੇ ਕੋਠੇ ਪਰ ਕੱਪੜੇ ਚੱਕਣਗੇ, ਉਹ ਧੋਣਗੇ, ਬਾਕੀ ਜਿੰਨਾ ਕੁ ਟਰਾਲੀ ਪਰ ਲੱਦ ਹੋ ਗਿਆ ਧੋਣ ਵਾਸਤੇ ਲੈ ਚੱਲੇ। ਆਹ ਗੁਰਪ੍ਰੀਤ ਦੇ ਹੁਣ ਜਾ ਕੇ ਧੋਣਗੇ, ਪਾਣੀ ਹਜੇ ਵੀ ਫੁੱਲ ਚਿੱਕਲ ਆ ਖੜਾ, ਚਿੱਕ ਬਹੁਤ, ਉਹ ਲੱਗੇ ਹੋਏ ਜੋੜ ਕੇ ਲਿਆਉਣ ਲੱਗੇ ਜਨਰੇਟਰ। ਲਓ ਜੀ ਜਨਰੇਟਰ ਆ ਰਿਹਾ, ਆਉਂਦਾ ਬੁੱਕਦਾ ਹੀ ਦੇ 4x4। ਅੱਗੇ ਲੈ ਲਾ ਬਸ ਇੱਕ ਵਾਰ ਵੀਰ, ਚਲੋ ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ।